अगे वध दिया केंद्रीय कैबिनेट मंत्री हरसिमरत कौर बादल ने कांग्रेस अते आम आदमी पार्टी दोवां ते सियासी वार किया। हरसिमरत कौर बादल ने हल्के विच कैप्टन ते सवाल खड़े किए तो दिल्ली के मुख्यमंत्री अरविंद केजरीवाल ते टैंकर घोटाले नूं लैके FIR दर्ज होने ते भी निशाना लाया। मानसा विच इंदिरा आवास योजना के तहत गरीब लोगों नूं घर बनाने लई चैक वंडन पहुंची केंद्रीय मंत्री हरसिमरत कौर बादल ने कैप्टन अमरिंदर सिंह दे हलके च कैप्टन मुहिम नूं निशाने ते लिया। हरसिमरत कौर बादल ने कहा कि कैप्टन मुख्यमंत्री प्रकाश सिंह बादल दे संगत दर्शन ते सवाल खड़े करते रहे ने अते हुण आम लोगों दीआं मुश्किलां सुनण दे नाते हलके च कैप्टन मुहिम शुरू की हुई है। ਭਾਵੇਂ ਹਾਰ ਹੋਏ ਭਾਵੇਂ ਜਿੱਤ ਹੋਏ ਬਾਦਲ ਸਾਹਿਬ ਸੰਗਤ ਦੇ ਵਿੱਚ ਵਿਚਰਦੇ ਰਹੇ। ਇਹ ਕੈਪਟਨ ਅਮਰਿੰਦਰ ਸਿੰਘ ਵਰਗੇ ਰਾਜੇ ਮਹਾਰਾਜੇ ਜਿਹੜੇ ਲੋਕਾਂ ਤੋਂ ਦੂਰ ਰਹਿ ਕੇ ਲੋਕਾਂ ਦੇ ਵਿੱਚ ਰਾਜ ਕਰਨ ਵਾਲੇ ਨੇ, ਇਹ ਇਕੱਲੇ ਇਹਨਾਂ ਨੂੰ ਸਮਝ ਆਉਣ ਵਾਲੀ ਗੱਲ ਹੀ ਨਹੀਂ ਹੈਗੀ ਤੇ ਲੋਕੀ ਇਸ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਨੇ। ਹਰਸਿਮਰਤ ਕੌਰ ਬਾਦਲ ਦੇ ਨਿਸ਼ਾਨੇ ਤੇ ਸਿਰਫ ਕੈਪਟਨ ਹੀ ਨਹੀਂ ਸੀ, ਉਹਨਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਵੀ ਸਿਆਸੀ ਹਮਲਾ ਕੀਤਾ ਕਿ ਅਰਵਿੰਦ ਕੇਜਰੀਵਾਲ ਨੇ ਕਾਂਗਰਸ ਦੇ ਟੈਂਕਰ ਘੁਟਾਲੇ ਦੀ ਫਾਈਲ ਲੁਕਾਉਣ ਦੀ ਕੋਸ਼ਿਸ਼ ਕੀਤੀ ਸੀ, ਹੁਣ ਉਹਨਾਂ ਖਿਲਾਫ ਹੀ FIR ਦਰਜ ਹੋ ਗਈ ਹੈ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜੇਕਰ ਚੋਣ ਕਮਿਸ਼ਨ ਆਮ ਆਦਮੀ ਪਾਰਟੀ ਦੇ 21 ਵਿਧਾਇਕਾਂ ਦੀ ਮੈਂਬਰਸ਼ਿਪ ਰੱਦ ਕਰ ਦਿੰਦੀ ਹੈ ਤਾਂ ਦਿੱਲੀ ਦੀ ਜਨਤਾ ਆਮ ਆਦਮੀ ਪਾਰਟੀ ਨੂੰ ਕਰੜਾ ਜਵਾਬ ਦੇਵੇਗੀ। 2 ਸਾਲ ਹੋਣ ਤੋਂ ਆਏ ਜਿਹੜਾ ਸ਼ੀਲਾ ਦੀਕਸ਼ਿਤ ਦੇ ਖਿਲਾਫ ਇਲੈਕਸ਼ਨ ਲੜੀ ਸੀ, 2 ਸਾਲਾਂ 'ਚ ਅੱਜ ਤਾਈਂ ਉਹ ਸ਼ੀਲਾ ਦੀਕਸ਼ਿਤ ਦੇ ਖਿਲਾਫ ਇੱਕ ਵੀ ਕੇਸ ਤਾਂ ਕੀ ਦਰਜ ਕਰਨਾ, ਲੇਕਿਨ ਵਾਟਰ ਟੈਂਕਰ ਸਕੈਮ 'ਚ 400 ਕਰੋੜ ਦਾ ਘਪਲੇ 'ਚ ਸਾਲ ਭਰ ਫਾਈਲ ਨੂੰ ਦੱਬੀ ਬੈਠਿਆ ਕਿ ਮੈਂਬਰ ਤੇ ਇਹਦੇ ਸਾਰੇ ਰਿਜੈਕਟ ਹੋ ਗਏ ਨੇ। ਇਲੈਕਸ਼ਨ ਕਮਿਸ਼ਨ ਤੋਂ ਰਾਸ਼ਟਰਪਤੀ ਨੇ ਉਹਨਾਂ ਨੂੰ ਡਿਸਕੁਆਲੀਫਾਈ ਕਰਤਾ ਹੈਗਾ ਕਿ ਸੀਟਾਂ ਦੀ ਜਿਹੜੀ ਚੋਣ ਹੋ ਗਈ, ਦਾਅਵੇ ਨਾਲ ਕਹਿ ਸਕਦੀ ਹਾਂ ਜੇ 21 ਵਿੱਚੋਂ ਇੱਕ ਸੀਟ ਵੀ ਉਹਨਾਂ ਦੀ ਆ ਗਈ, ਪਤਾ ਲੱਗ ਜੂਗਾ ਦਿੱਲੀ ਦੀ ਲੋਕੀ ਕਿੰਨੇ ਦੁਖੇ ਨੇ ਇਹਨਾਂ ਦੇ ਝੂਠੇ ਵਾਅਦਿਆਂ ਤੋਂ। 2017 ਦੀ ਜੰਗ ਵਿੱਚ ਸਾਰੀ ਸਿਆਸੀ ਪਾਰਟੀਆਂ ਵਿੱਚ ਨੂਰਾ ਕੁਸ਼ਤੀ ਦਾ ਖੇਡ ਜਾਰੀ ਹੈ। ਸੂਬੇ ਦੀ ਸਿਆਸੀ ਪਾਰਟੀਆਂ ਕਿਸੇ ਵੀ ਮੁੱਦੇ ਨੂੰ ਛੱਡਣ ਨੂੰ ਤਿਆਰ ਨਹੀਂ ਨੇ। ਬਲਦੇਵ ਸ਼ਰਮਾ, ਜ਼ੀ ਮੀਡੀਆ, ਮਾਨਸਾ।